ਕਿਉਂ ਰੀਹੋ ਇਨਾ ਇੰਪੋਰਟੈਂਟ ਸੀਗਾ ਯ ਰੀਹੋ ਦੀ ਦੀਵਾਰ ਗਿਰਾਨੀ ਕਿਉ ਇਨੀ ਇੰਪੋਰਟੈਂਟ ਸੀਗੀ ਯ ਰੀਹੋ ਨੂੰ ਹਰਾਣਾ ਕਿਉ ਇਨਾ ਇੰਪੋਰਟੈਂਟ ਸੀਗਾ ਤੇ ਪਰਮੇਸ਼ਰ ਨੇ ਕਿਆ ਸੀਗਾ ਦਿੱਲੀ ਇੱਕ ਚੱਕਰ ਮਾਰੋ ਸੱਤਵੇਂ ਦਿਨ ਸੱਤ ਚੱਕਰ ਮਾਰੋ ਸੱਤਵੇਂ ਦਿਨ ਸੱਤ ਚੱਕਰ ਮਾਰ ਕੇ ਇੱਕ ਸ਼ਹਿਰ ਦੇ ਕੋਈ ਬੰਦਾ ਲੜ ਸਕਦਾ ਥੱਕੂਗਾ ਨਹੀਂ ਉਹ ਥੱਕ ਜੂਗਾ ਨਾ ਕਿੱਦਾਂ ਲੜੂਗਾ ਪਰ ਪਰਮੇਸ਼ਰ ਸੱਤ ਚੱਕਰ ਮਾਰੋ ਲਿਖਤ ਦੀਵਾਰ ਅੰਦਰ ਨੂੰ ਨਹੀਂ ਗਿਰੀ ਦੀਵਾਰ ਬਾਹਰ ਗਿਰੀ ਜਿਹੜੀ ਇੰਨੀ ਮੋਟੀ ਸੀਗੀ ਕਿ ਉਹ ਦੀਵਾਰ 'ਚ ਘਰ ਬਣੇ ਹੋਏ ਸਨ ਤੇ ਅੰਦਰ ਨੂੰ ਨਹੀਂ ਗਰੀ ਕਿ ਲੋਕੀ ਸੁਣਨ ਕਿ 12 ਕੁਛ ਮਾਰਿਆ ਇਹਨਾਂ ਲਿਖਿਆ ਬਾਹਰ ਨੂੰ ਗਰੀਓ ਜਰੀ ਹੋ ਦਾ ਮਤਲਬ ਹੈ ਅਰੋਮਾ ਮਤਲਬ ਇੱਕ ਪਰਫਿਊਮ ਇੱਕ ਪਰਫਿਊਮ ਨੂੰ ਆਪਣੀ ਲਾਈਫ ਚ ਕੈਰੀ ਕਰਨਾ ਜਦੋਂ ਉਹ ਪਰਫਿਊਮ ਤੁਹਾਡੀ ਲਾਈਫ ਚ ਕੈਰੀ ਕਰਦੇ ਹੋ ਤੁਸੀਂ ਜਿਸ ਵੀ ਬੰਦੇ ਦੇ ਸਾਹਮਣੇ ਜਾਂਦੇ ਹੋ ਜਿਸ ਕੰਮ ਨੂੰ ਫੜਦੇ ਹੋ ਉਸ ਤੈਨੂੰ ਉਸ ਤੈਨੂੰ ਫੇਵਰ ਮਿਲਦਾ ਉਹ ਪਰਫਿਊਮ ਦੀ ਸਮੈਲ ਸੁੰਘ ਕੇ ਮੈਂ ਜਾਣਦਾ ਬਹੁਤ ਗਹਿਰੀ ਗੱਲ ਹੈ ਸ਼ਾਇਦ ਸਭ ਨੂੰ ਸਮਝ ਨਾ ਆਏ ਜਦੋਂ ਯਰੀ ਹੋ ਟੁੱਟਾ ਯਰੀ ਹੋ ਦਾ ਮਤਲਬ ਸੀ ਅਰੋਮਾ ਪਰਫਿਊਮ 스মেল ਉਹ 스মেল ਉਹਨਾਂ ਨੇ ਹਾਸਲ ਕਰ ਲਈ ਆਪਣੀ ਲਾਈਫ ਦੇ ਵਿੱਚ 스মেল ਮਤਲਬ ਫੇਵਰ ਪਰਮੇਸ਼ਵਰ ਦਾ ਦਇਆ ਪਰਮੇਸ਼ਵਰ ਦੀ ਜਦੋਂ ਤੁਸੀਂ ਅਰੋਮਾ ਜਦੋਂ ਪਰਮੇਸ਼ਵਰ ਦਾ ਫੇਵਰ ਤੁਸੀਂ ਆਪਣੇ ਉੱਪਰ ਲੈ ਲੈਂਦੇ ਹੋ ਤੁਹਾਨੂੰ ਇਹ ਪੁੱਛਣ ਦੀ ਲੋੜ ਨਹੀਂ ਪੈਗੀ ਮੈਂ ਕਿਹੜਾ ਕੰਮ ਕਰਾਂ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਗੀ ਤੁਸੀਂ ਜਿਹੜਾ ਵੀ ਕਰੋਗੇ ਇੱਕ ਨੰਬਰ ਵਾਲਾ ਪਰ ਜਿਹੜਾ ਵੀ मिट्टी वेचो भी yeah. ना ना भी विगेगी अच अरो नहीं है लोगों के समैल नहीं है लोगों के को गैल आँदी हैप देके गाला दे करके प्रेर च कभी बैठे नहीं कभी परमेश्वर की गल सुनी नहीं अरोमा किदा आऊगा कि समैल आएगी परमेश्वर वाली कि अरोमा आएगा तोटिव प्रॉब्लम जितने मंशा सही है उत्थे प्रभु दिता तह जे मेरी मंशा ए है कि हूँ मेरे बेबी होया ना तो हूँ मैं फिर दसूँ अपनी सस मेरे भी हो सकते हैं मोटिव गलत है जो तो मेरे बेबी होया ना मैं प्रभु की गवाही दूंगा यह मोटिव सही है और प्रभु गर्भ खोलेगा फिर और बिजनेस भी खोलेगा फिर मोटिव की है मैं अपनी कुड़ी का विह करता हाँ मेरा घर बार सैट हो जाए लेकिन मोटिव अगर सेवा है अगर मोटिव यह है कि प्रभु मैं पैसा दे मैं अपने एरिए क्रूसेड करवाऊंगा तैन देगा अपनी महमा दे ਲਿਖਿਆ ਜੋ ਕੁਛ ਤੂੰ ਮੇਰੀ ਮੈਮਰ ਲਈ ਮੰਗੇਗਾ ਮੇਰਾ ਪਿਤਾ ਤੈਨੂੰ ਦੇਗਾ ਪਰਮੇਸ਼ਰ ਤੈਨੂੰ ਫੇਵਰ ਦੇ ਇੱਕ ਅਰੋਮਾ ਇੱਕ 스멜 ਦਲੇ ਨਾਲ ਰੇ ਪਰਮੇਸ਼ਵਰ ਦੀ ਜਿੰਨਾ ਜਗਾਵਾਂ ਤੇ ਜਾਓ ਉਹ ਤੁਹਾਨੂੰ ਫੇਵਰ ਮਿਲੇ ਪਰਮੇਸ਼ਵਰ ਦੇ ਨਾਮ ਚ ਸਿਰਫ ਪਰਮੇਸ਼ਵਰ ਤਨੂੰ ਵਧਾਏ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਔਰ ਤੁਸੀਂ ਵਧਦੇ ਜਾਓ